ਸਮਝਦਾ ਮੇਰੇ ਕੋਲ ਜੀਵਨ ਨਹੀਂ, ਮੈਂ ਜੀਵਨ
ਤੇ ਜਿਉਂਦਾ ਜਿਉਣਾ ਚਾਹੁੰਦਾ ਵੀ ਕੀ ਕਾਰਨ ਹੈ? ਜਿਹੜੀ ਚੀਜ਼ ਸਾਡੇ ਤੁਹਾਡੇ ਸਾਰਿਆਂ ਕੋਲ ਹੈ ਅਸੀਂ ਸਮਝਣਾ ਹੈ। ਗੁਰੂ ਨੇ ਬਾਣੀ ਵਿੱਚ ਇੱਕ ਥਾਂ ਤੇ ਲਫ਼ਜ਼ ਕਹਿ ਦਿੱਤੇ ਕਿ ਤਨ ਵਿੱਚ ਕਾਇਆ ਵਿੱਚ ਜੀਉ ਰੱਖ ਲਿਆ, ਜੀਉ ਪਾਏ ਤਨ ਸਾਜਿਆ, ਰੱਖਿਆ ਬੰਤ ਬਣਾਏ, ਅੱਖੀ ਦੇਖੇ ਜੇਬਾ ਬੋਲੇ, ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਕਰਨਾ, ਦਿੱਤਾ ਪਹਿਨੇ ਖਾਏ। ਇਹ ਸਾਰਾ ਕੁਛ ਮਨੁੱਖ ਦੇ ਜੀਵਨ ਹੰਢਾਣ ਦਾ ਹੀ ਇੱਕ ਤਰੀਕਾ ਸੀ। ਕਿੰਨੀ ਅਜੀਬ ਗੱਲ ਹੈ, ਅੱਜ ਦਾ ਇੱਕ ਸਵਾਲ ਖੜਾ ਐਸਾ ਹੋ ਗਿਆ ਹੈ ਜਿਹਨੇ ਬਹੁਤ ਸਾਰੇ ਭੁਲੇਖੇ ਵੀ ਦੂਰ ਕਰਨੇ ਨੇ, ਜੇ ਅਸੀਂ ਕਦੀ ਇਕਾਗਰ ਚਿੱਤ ਹੋ ਸਹਿਨਸ਼ੀਲਤਾ ਨਾਲ ਇਹਨੂੰ ਵਿਚਾਰੀਏ। ਉਹ ਕਹਿੰਦੇ ਨੇ ਨਹੀਂ, ਤੂੰ ਸਮਝਣਾ ਮੈਂ ਜਿਉਣਾ, ਤੂੰ ਸਮਝਣਾ ਮੈਂ ਜਿਉਣਾ। ਪਰ ਗੁਰੂ ਕਹਿੰਦਾ ਮੈਂ ਇੱਕ ਸ਼ਰਤ ਤੇ ਤੇਰੇ ਜੀਵਨ ਨੂੰ ਜੀਵਨ ਮੰਨਣਾ। ਹੁਣ ਉਸ ਸ਼ਰਤ ਨੂੰ ਜ਼ਰਾ ਵਿਚਾਰਨਾ, ਜੇ ਫੈਸਲਾ ਮੇਰਾ ਤਾਂ ਹੈ ਨਹੀਂ, ਫੈਸਲਾ ਤਾਂ ਗੁਰਬਾਣੀ ਦਾ, ਉਹਨੂੰ ਅਸੀਂ ਗਲਤ ਵੀ ਨਹੀਂ ਆਖ ਸਕਦੇ। ਗੁਰੂ ਕਹਿੰਦੇ ਜਿੰਨੇ ਜਿਹੜੇ ਲੋਕ ਵੀ ਆਪਣੇ ਆਪ ਨੂੰ ਜਿਉਂਦਾ ਸਮਝਦੇ ਨੇ, ਉਹ ਜ਼ਰਾ ਅੰਦਰ ਝਾਤੀ ਮਾਰ ਪੜਚੋਲ ਕਰ। ਤੇ ਗੁਰੂ ਨੇ ਇੱਕ ਸ਼ਰਤ ਰੱਖ ਦਿੱਤੀ ਵੀ ਤੂੰ ਕਹਿਣਾ ਮੈਂ ਜਿਉਣਾ, ਜ਼ਰਾ ਐਸ ਸ਼ਰਤ ਤੇ ਪਰਖ ਕੇ, ਐਸ ਕਸਵੱਟੀ ਤੇ ਪਰਖ ਕੇ ਫੈਸਲਾ ਦੇ ਤੂੰ ਜਿਉਣਾ। ਤੈਨੂੰ ਆਪਣੇ ਆਪ ਕੋਲ ਪੁੱਛ ਕੇ ਫੈਸਲਾ ਕਰਨਾ ਪਏਗਾ। ਦੱਸੋ, ਗੁਰੂ ਕਹਿੰਦੇ ਨੇ ਹਾਂ, ਬੜਾ ਦੁਹਰਫੀ ਜਿਹਾ ਇੱਕ ਫੈਸਲਾ ਦਿੰਦੇ ਨੇ। ਕਹਿੰਦੇ ਨੇ ਜੀਵਨ ਤੋ ਗਣੀਏ ਹਾਰ ਪੇਖਾ, ਦੁਹਰਫੀ ਹਾਰ ਤੇ ਪੇਖਾ, ਦੁਹਰਫੀ ਇੱਕ ਫੈਸਲਾ। ਕਹਿਣ ਲੱਗੇ ਮੈਂ ਜੀਵਨ ਦਾ ਉਹਨੂੰ ਸਮਝਣਾ ਜਿਹੜਾ ਰੱਬ ਨੂੰ ਵੇਖ ਲੈ, ਹਾਰ ਪੇਖਾ ਜੀਵਨ ਉਹਨੂੰ ਜਿਉਂਦਾ ਉਹਨੂੰ ਸਮਝਣਾ ਜਿਹੜਾ ਰੱਬ ਨੂੰ ਵੇਖ ਲੈ। ਹੁਣ ਜ਼ਰਾ ਰੁਕਿਓ, ਆਪਣੇ ਆਪ ਕੋਲ ਪੁੱਛ ਕੇ, ਹਿਰਦੇ ਤੇ ਦਿਲ ਤੇ ਹੱਥ ਧਰ ਕੇ ਇੱਕ ਸੱਚਾਈ ਆਪਣੇ ਆਪ ਕੋਲੋਂ ਹੀ ਪੁੱਛੋ, ਅਸੀਂ ਰੱਬ ਵੇਖ ਲਏ? ਜਿਹਨੇ ਵੇਖਿਆ ਖੜਾ ਕਰ ਦੇਵੇ, ਫੈਸਲਾ ਬਣ ਗਿਆ। ਗੁਰੂ ਕਹਿੰਦੇ ਨੇ ਮੈਂ ਉਹਦਾ ਜਿਉਣਾ ਸਮਝਣਾ ਵੀ ਜੀਵਨ ਉਸ ਜਿਉ ਰਿਹਾ, ਜੀਵਨ ਉਹਦਾ ਹੈ ਜਿਹੜਾ ਰੱਬ ਨੂੰ ਵੇਖ ਲੈ। ਜੀਵਨ ਵਿੱਚ ਰੱਬ ਨੂੰ ਵੇਖ ਰਿਹਾ ਹੈ। ਸੋਦਰ ਦੇ ਪਾਠ ਦੀ ਵੀ ਸੋਪੁਰਤ ਦੀ ਆਖਰੀ ਲਾਈਨ ਹੈ, ਉਹ ਆਖਰੀ ਸ਼ਬਦ ਹੈ, ਭਈ ਪ੍ਰਾਪਤ ਮਨੁੱਖ ਦੇ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਬਾਰੀਆ। ਇਹ ਤੇਰੀ ਵਾਰੀ ਹੈ, ਇਹ ਚਾਂਸ ਹੈ, ਵਾਰੀ ਕਹਿੰਦੇ ਨੇ ਚਾਂਸ। ਪ੍ਰਭੂ ਦੇ ਮਿਲਾਪ ਦਾ ਇਹ ਇੱਕ ਚਾਂਸ ਹੈ, ਅਮਰ ਕਾਜ ਤੇਰੇ ਕਿਤੇ ਨਾ ਕਾਮ। ਤੂੰ ਭਾਈ ਪ੍ਰਾਪਤ ਮਨਸ ਦੇਰੀ ਨਾਲ ਸੰਬੰਧ ਨਹੀਂ ਰੱਖਦੇ। ਤੇ ਇੱਥੇ ਵੀ ਉਹ ਗੱਲ ਕਹਿੰਦੇ ਨੇ, ਕਹਿੰਦੇ ਨੇ ਮੈਂ
ਜਿਉਂਦਾ ਆਪਣੇ ਆਪ ਨੂੰ ਸਮਝਣ ਵਾਲਿਆਂ ਦੇ ਸਾਹਮਣੇ ਇੱਕ ਸਵਾਲ ਕਰਨਾ, ਕਹਿਣਾ ਜੀਵਨ ਤੋ ਗਣੀ ਹੈ ਹਰ ਭੇਖਾ ਜਿਹੜਾ ਰੱਬ ਨੂੰ ਵੇਖ ਲੈ। ਹੁਣ ਜੇ ਅਸੀਂ ਇਸ ਕਸਵੱਟੀ ਨੂੰ ਆਪਣੇ ਹਿਰਦੇ ਵਿੱਚ ਝਾਤ ਮਾਰ ਕੇ ਪਰਖੀਏ ਤੇ ਸਾਡੇ ਸਾਰਿਆਂ ਦੇ ਸਿਰ ਫਿਰ ਜਾਣਗੇ। ਗੱਲ ਮੁਸ਼ਕਿਲ ਹੈ, ਗੱਲ ਮੁਸ਼ਕਿਲ ਹੈ। ਕਿਉਂ? ਕਿਉਂਕਿ ਰੱਬ ਨੂੰ ਕਿਵੇਂ ਵੇਖਿਆ ਜਾਏ? ਪਿਛਲਾ ਸ਼ਬਦ ਬਾਬਾ ਕਬੀਰ ਜੀ ਦਾ ਲਗਾਤਾਰ 4 ਵੀਕ ਚੱਲਿਆ, ਉਹਦੇ ਵਿੱਚ ਵੀ ਇਹ ਲਫ਼ਜ਼ ਆਇਆ ਨੇ ਕਿ ਰੱਬ ਪ੍ਰਭੂ ਅਦਿੱਖ ਹੈ, ਉਹਦਾ ਟਿਕਾਣਾ ਵੀ ਅਦਿੱਖ ਹੈ। ਤੇ ਜਿਹੜੀ ਚੀਜ਼ ਦੇਖੀ ਨਹੀਂ ਜਾ ਸਕਦੀ ਉਹਨੂੰ ਕਿਵੇਂ ਦੇਖਾਂ? ਕਿਉਂਕਿ ਇੱਥੇ ਦੇਖਣ ਦਾ ਮਸਲਾ ਹੈ। ਗੁਰੂ ਨੇ ਬਾਣੀ ਵਿੱਚ ਵੀ ਆਖਿਆ ਸੁਣ ਰਹੇ ਹਾਂ, ਇੰਨੇ ਗੁਰਦੁਆਰੇ ਬਣੇ ਨੇ, ਮੰਦਰ ਬਣੇ ਨੇ, ਇੰਨੇ ਵਿਦਵਾਨ, ਇੰਨੇ ਧਾਰਮਿਕ ਗ੍ਰੰਥ ਬਣੇ ਨੇ, ਸਾਰੇ ਇੱਕੋ ਹੀ ਲਫ਼ਜ਼ ਦੇ ਦੁਆਲੇ ਨੇ ਨਾ, ਕੋਈ ਰੱਬ ਹੈ? ਜਿੰਦੀ ਗੱਲ ਦਿਨ ਰਾਤ ਕਰਨੀ, ਗੁਰਬਾਣੀ ਵਿੱਚ ਵੀ ਲਾਈਨ ਆਈ ਸੀ ਕਿ ਖੋਜਤ ਖੋਜਤ ਮੈਂ ਫਿਰੋ ਖੋਜੋ ਬਣ ਥਾਂ, ਅਗਲੇ ਪਾਸੇ ਲਾਈਨ ਸੀ ਅਸਲ ਅਛੇਦਾ ਭੇਦ ਪ੍ਰਭ ਐਸੇ ਭਗਵਾਨ, ਸੁਣ ਸੁਣ ਨਾਮ ਤੁਮਾਰਾ ਠਾਕਰ, ਮੈਂ ਦਿਨ ਰਾਤ ਤੇਰੀਆਂ ਗੱਲਾਂ ਸੁਣ ਸੁਣ ਕੇ ਮਨ ਵਿੱਚ ਇੱਕ ਚਾਹ ਪੈਦਾ ਹੋਇਆ ਤੈਨੂੰ ਦੇਖਾਂ, ਤੈ ਤੇਰਾ ਤੇਰੀਆਂ ਗੱਲਾਂ ਹੀ ਸੁਣੀ ਜਾਂਦਾ, ਲਿਖਣ ਵਾਲੇ ਤੇਰੇ ਸੰਬੰਧ ਵਿੱਚ ਲਿਖੀ ਜਾਂਦੇ ਨੇ। ਸੁਣ ਸੁਣ ਨਾਮ ਤੁਮਾਰਾ ਪੀਤਾ ਪ੍ਰਭ ਪੇਖਣ ਕਾ ਚਾਹੋ, ਮੈਨੂੰ ਹੁਣ ਚਾਹ ਪੈਦਾ ਹੋ ਗਿਆ ਤੈਨੂੰ ਦੇਖਾਂ। ਹੁਣ ਜਦੋਂ ਚਾਹ ਪੈਦਾ ਹੋਇਆ ਤੇ ਅੱਗੇ ਪ੍ਰੋਬਲਮ ਖੜੀ ਹੋ ਗਈ, ਮਸਲਾ ਖੜਾ ਹੋ ਗਿਆ, ਕਿਵੇਂ ਵੇਖਾਂ? ਲਓ ਸੰਸਾਰ ਦੀ ਅਧੋਗਤੀ ਪਰੇਸ਼ਾਨੀ ਇੱਥੋਂ ਸ਼ੁਰੂ ਹੋਈ ਕਿ ਚਾਹ ਤਾਂ ਪੈਦਾ ਹੋ ਗਿਆ, ਰੱਬ ਵੇਖਾਂ। ਹਰ ਚੰਗਾ ਆਦਮੀ ਆਮ ਸਧਾਰਨ ਮਨੁੱਖ ਵੀ ਰੱਬ ਦੀਆਂ ਗੱਲਾਂ ਸੁਣ ਸੁਣ ਕੇ ਉਹਦਾ ਮਨ ਕਰਦਾ ਵੀ ਮੈਂ ਰੱਬ ਵੇਖਾਂ, ਕਿਹੜਾ ਨਹੀਂ ਦੇਖਣਾ ਚਾਹੁੰਦਾ? ਜਦੋਂ ਹਰ ਕੋਈ ਦੇਖਣਾ ਚਾਹੁੰਦਾ ਤਾਂ ਜਦੋਂ ਆਪ ਨੂੰ ਉਹ ਇਸ ਗੱਲ ਲਈ ਮਯੂਸ ਹੋ ਜਾਂਦਾ, ਦੇਖਣ ਦਾ ਸਾਧਨ ਕੋਈ ਨਹੀਂ, ਕਿਵੇਂ ਵੇਖਾਂ ਕਿਵੇਂ ਵੇਖਾਂ, ਤੇ ਜਿਹੜੀ ਚੀਜ਼ ਕਿਵੇਂ ਤੇ ਚਲੀ ਜਾਏ ਨਾ, ਉਹ ਫਿਰ ਦੂਜੇ ਦਾ ਸਹਾਰਾ ਲੈਂਦੀ, ਚਲੋ ਕਿਸੇ ਕੋਲ ਪੁੱਛੋ ਕਿਵੇਂ ਵੇਖਾਂ। ਇਸ ਗੱਲ ਦਾ ਲੋੜ ਦਾ ਫਾਇਦਾ ਉਠਾਇਆ ਕੁਛ ਲੋਕਾਂ ਨੇ, ਸਾਧਾਂ ਸੰਤਾਂ ਦਾ ਨਾਮ ਨਿਸ਼ਚਿਤ ਕਰ ਦਿੱਤਾ, ਉਹ ਰੱਬ ਨਾਲ ਮਿਲੇ ਹੋਏ ਨੇ ਜੀ, ਚਲੋ ਉਹਨਾਂ ਕੋਲੋਂ ਪੁੱਛੋ ਰੱਬ ਕਿਵੇਂ ਵੇਖਾਂ। ਗੁਰੂ ਨੇ ਬਾਣੀ ਚ ਵੀ ਆਖਿਆ, ਕਹਿਣ ਲੱਗੇ ਸੰਤ ਮਿਲੇ ਵਡਭਾਗੀ, ਮਨ ਅਰਪੋ ਧਨ ਰੱਖੋ ਅੱਗੇ, ਮਨ ਕੀ ਮਤ ਮੋਏ ਸਗਰ ਤਿਆਗੀ। ਮਸਲਾ ਇਹੋ ਸੀ, ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਪਰਹੀਨ ਪਰਦੇਸਨ ਦੂਰ ਤੇ ਆਈ। ਮੇਰੀ ਖਾਸ਼
ਦੂਜੇ ਦੇ ਦਰਵਾਜ਼ੇ ਦਾ ਸਹਾਰਾ ਲਿਆ ਕਿ ਜਿਹੜਾ ਦੂਜੇ ਦੇ ਦਰਵਾਜ਼ੇ ਦੇ ਸਹਾਰੇ ਤੇ ਜਾਏ ਅੱਗੇ ਜੇਤਾ ਹੋਵੇ ਉਹ ਇਮਾਨਦਾਰ ਵਪਾਰੀ ਨਾ ਹੋਵੇ। ਫਿਰ ਤਾਂ ਉਹ ਆਖਦੇ ਵੇ ਸਾਫ ਕਿ ਭਲਿਆ ਮੈਂ ਤੈਨੂੰ ਨਹੀਂ ਦਿਖਾ ਸਕਦਾ। ਤੁਸੀਂ ਆਮ ਦੁਕਾਨਦਾਰ ਜਿਹੜੇ ਨਾ ਤੁਸੀਂ ਦੇਖੋ ਕਈ ਵਾਰ ਤੁਸੀਂ ਕੋਈ ਸੌਦਾ ਉਹਦੇ ਕੋਲ ਪੁੱਛੋ ਨਾ, ਮੈਂ ਆਮ ਜੀਵਨ ਦੀ ਇੱਕ ਐਗਜ਼ਾਮਪਲ ਹੈ, ਕੋਈ ਸੌਦਾ ਲੈ ਜਾਓ ਤੇ ਉਸ ਦੁਕਾਨਦਾਰ ਕੋਲ ਨਾ ਹੋਵੇ, ਉਸ ਵਕਤ ਮੁੱਕਿਆ ਹੋਵੇ ਨਾ ਹੋਵੇ, ਉਹ ਤੁਹਾਨੂੰ ਕਦੇ ਜਵਾਬ ਨਹੀਂ ਦਿੰਦਾ। ਵਪਾਰੀ ਵਪਾਰ ਦੀ ਨਿਸ਼ਾਨੀ ਹੈ, ਉਹ ਕਹਿੰਦਾ ਮੇਰਾ ਗਾਹਕ ਨਾ ਟੁੱਟ ਜਾਏ, ਕਿਸੇ ਦੂਜੀ ਦੁਕਾਨ ਤੇ ਨਾ ਚਲਾ ਜਾਏ, ਉਹ ਤੁਹਾਨੂੰ ਕਦੇ ਜਵਾਬ ਨਹੀਂ ਦਿੰਦਾ। ਆਖੇਗਾ ਮੇਰੇ ਸਟੋਰ ਵਿੱਚ ਹੈ, ਗਡਾਊਨ ਵਿੱਚ ਹੈ, ਮੈਂ ਹੁਣੇ ਮੰਗਵਾ ਦੇਣਾ, ਤੁਹਾਨੂੰ ਬਿਠਾ ਲਏਗਾ, ਦੂਜੀ ਦੁਕਾਨ ਤੇ ਜਾਏਗਾ ਤੇ ਦੂਜੀ ਦੁਕਾਨ ਤੋਂ ਲਿਆ ਕੇ ਤੁਹਾਨੂੰ ਸੌਦਾ ਦੇ ਦੇਗਾ, ਪਰ ਤੁਹਾਨੂੰ ਆਪਣੀ ਦੁਕਾਨ ਤੋਂ ਨਹੀਂ ਜਾਣ ਦੇਗਾ। ਗੁਰੂ ਨੇ ਖਿਆਲ ਬੜੇ ਖੂਬਸੂਰਤ ਦਿੱਤੇ, ਕਹਿਣ ਲੱਗੇ ਜਦੋਂ ਕੋਈ ਰੱਬ ਨੂੰ ਮਿਲਣ ਦੀ ਤਾਂਘ ਨਾਲ, ਰੱਬ ਨੂੰ ਵੇਖਣ ਦੇ ਖਿਆਲ ਨਾਲ ਦੂਜੇ ਦੇ ਸਹਾਰੇ ਤੁਰਿਆ, ਤੇ ਤੁਰਿਆ ਇਸ ਲਈ ਕਿ ਇਹਨੇ ਰੱਬ ਦੇਖਿਆ ਹੋਇਆ, ਰੱਬ ਨੂੰ ਜਾਣਦਾ, ਮੈਨੂੰ ਦਿਖਾ ਦੇਵੇਗਾ। ਹੁਣ ਉਹਨੇ ਸੋਚਿਆ ਮੇਰੀ ਦੁਕਾਨ ਤੇ ਗਾਹਕ ਤਾਂ ਆ ਗਿਆ, ਕਿਤੇ ਚਲਾ ਨਾ ਜਾਏ, ਕਿਉਂਕਿ ਗੁਰੂ ਨੇ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਅਕਾਲ ਪੁਰਖ ਰੱਬ ਹਰੀ ਉਹਨੂੰ ਅਸੀਂ ਬ੍ਰਹਮ ਆਖਦੇ, ਕਹਿ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਹਮਨ ਕਹੀਅਤ ਹੈ ਹਮਾਰੇ, ਬ੍ਰਹਮ ਬਿੰਦੇ ਜਿਹੜਾ ਬ੍ਰਹਮ ਤੱਕ ਸੰਬੰਧ ਰੱਖਦਾ ਹੋਵੇ, ਬ੍ਰਹਮ ਬਿੰਦੇ ਸੋ ਬ੍ਰਹਮਨ ਕਹੀਏ। ਮਨੁੱਖ ਬ੍ਰਹਮਣ ਦੇ ਦਰਵਾਜ਼ੇ ਤੇ ਚਲਾ ਗਿਆ, ਆਖਣ ਲੱਗਾ ਜੀ ਮੈਨੂੰ ਬ੍ਰਹਮ ਦਿਖਾ ਦਿਓ, ਤੁਹਾਡਾ ਨਾਮ ਬ੍ਰਾਹਮਣ ਇਸੇ ਲਈ ਹੈ ਨਾ, ਗੁਰਬਾਣੀ ਨੇ ਇਹ ਗੱਲ ਮੰਨੀ, ਕਹਿਣ ਲੱਗੇ ਬ੍ਰਾਹਮਣ ਤੇਰਾ ਨਾਂ ਇਸੇ ਲਈ ਹੈ ਕਿਉਂਕਿ ਤੇਰੇ ਮਨ ਵਿੱਚ ਬ੍ਰਹਮ ਹੈ, ਬ੍ਰਹਮ ਮਨ। ਕਬੀਰ ਜੀ ਦਾ ਸ਼ਬਦ ਵਿੱਚ ਆ ਗਿਆ ਕਿ ਬ੍ਰਹਮ ਜਿਹੜਾ ਮਨ ਵਿੱਚ ਰਹਿੰਦਾ, ਤੇ ਬ੍ਰਹਮਣ ਲਫ਼ਜ਼ ਦਾ ਹੀ ਅਰਥ ਹੈ ਬ੍ਰਹਮਣ, ਜਿਹਦੇ ਮਨ ਵਿੱਚ ਬ੍ਰਹਮ ਦਾ ਟਿਕਾਣਾ ਰਿਹਾਇਸ਼ ਹੋਵੇ, ਜਿਹਦੀ ਭਾਵ ਦੁਕਾਨ ਤੇ ਇਹ ਸੌਦਾ ਹੋਵੇ। ਕਹਿਣ ਲੱਗੇ ਹੇ ਬ੍ਰਾਹਮਣ ਮੈਂ ਬ੍ਰਹਮ ਨੂੰ ਦੇਖਣਾ ਚਾਹੁੰਦਾ, ਜੀਵਨ ਲਈ ਸ਼ਰਤ ਹੀ ਇਹ ਹੋਵੇ ਮੈਨੂੰ ਬ੍ਰਹਮ ਦਿਖਾ ਦੇ। ਹੁਣ ਬ੍ਰਹਮਣ ਕੋਲ ਬ੍ਰਹਮ ਤੇ ਹੈ ਨਹੀਂ ਸੀ, ਹੈ ਨਹੀਂ ਸੀ। ਉਹਨੇ ਕੀਤਾ ਕਿ ਪੱਥਰ ਦੀ ਪੂਜਾ, ਪੱਥਰ ਦੇ ਸਾਧਨ ਬਣਾ ਕੇ ਮੂਰਤੀਆਂ, ਆਖਿਆ ਆ ਹੈ ਬ੍ਰਹਮ, ਬ੍ਰਹਮ ਉਹਦਾ ਨਾਮ ਭਗਵਾਨ ਰੱਖ ਲਿਆ। ਹੁਣ ਕਿਉਂਕਿ ਅੱਖਾਂ ਨਾਲ ਪੱਥਰ ਤਾਂ ਦੇਖਿਆ ਜਾ ਸਕਦਾ ਸੀ, ਉਹ ਜਿਹੜਾ ਮਨ ਵਿੱਚ ਬ੍ਰਹਮ ਹੈ ਉਹ ਤਾਂ ਦੇਖਿਆ ਨਹੀਂ ਜਾ ਸਕਦਾ। ਇੱਥੇ ਸਵਾਲ ਸੀ ਹਰ ਵੇਖਣ ਕੋ ਸਭ ਕੋਈ ਲੋਚੇ, ਇੱਥੇ ਸਵਾਲ ਸੀ ਜੀਵਨ ਤੋਂ ਗਣੀਏ ਹਰ ਪੇਖਾ ਮੈਂ ਅੱਗੇ ਜਿਹੜਾ ਤੁਰਨਾ ਚਾਹੁੰਦਾ, ਕਿਉਂਕਿ ਵੇਖਣ ਵਾਲੀ ਚੀਜ਼ ਜਿਹੜੀ ਹੈ ਉਹ ਉਹਦੀ ਸ਼ਰਧਾ ਕਿਵੇਂ ਪੂਰੀ ਕਰੇ ਆਏ ਹੋਏ ਗਾਹਕ ਦੀ, ਕਿਉਂਕਿ ਮਨੁੱਖ ਵੇਖਣਾ ਚਾਹੁੰਦਾ ਸੀ ਜੇ ਜੀਵਨ ਵੇਖਣ ਵਾਲੀ ਹੈ ਤਾਂ ਮੈਨੂੰ ਵਿਖਾ ਮੈਂ ਦੇਖਣਾ ਚਾਹੁੰਦਾ। ਹੁਣ ਸਮਝਾਉਣ ਵਾਲੇ ਨੇ ਉਹਨੂੰ ਇਹ ਤਾਂ ਸਮਝਾਇਆ ਨਾ ਭਲਿਆ ਇਹਨਾਂ ਅੱਖਾਂ ਨਾਲ ਨਹੀਂ ਉਹ ਦਿਸਣਾ, ਹੁਣ ਗੁਰੂ ਆਉਂਦਾ ਤੇ ਕਿਸੇ ਨੂੰ ਭੁਲੇਖੇ ਵਿੱਚ ਨਾ ਪਾਉਂਦਾ, ਗੁਰੂ ਨੇ ਆਖ ਦਿੱਤਾ ਨਾਨਕ
ਕਹਿਣ ਲੱਗੇ ਲੋਏ ਨੇ ਲੋਏ ਡਿਟ ਇਹ ਅੱਖਾਂ ਦੁਨੀਆ ਵੇਖ ਸਕਦੀਆਂ ਨੇ ਰੱਬ ਨਹੀਂ ਵੇਖ ਸਕਦੀ ਲੋਏ ਨੇ ਲੋਏ ਡਿਟ ਪਿਆਸ ਨਾ ਬੁਝੈ ਮੂੰਹ ਘਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੇ ਦਿਸਣ ਦੋ ਮਾਪਰੀ ਜੇ ਸੱਚਾ ਗੁਰੂ ਹੁੰਦਾ ਤੇ ਸਮਝਾ ਦਿੰਦਾ ਪਰ ਗਿਆ ਇਹ ਅੱਖਾਂ ਨਾਲ ਰੱਬ ਨਹੀਂ ਉਹ ਦਿਸਣਾ ਮੈਂ ਤੈਨੂੰ ਕਿਵੇਂ ਦੇਖਾਂ ਆ ਸੁਰਤੀ ਦੇ ਰਹਿਣ ਪੈਦਾ ਕਰ ਗੁਰਬਾਣੀ ਨੇ ਆਖ ਦਿੱਤਾ ਸਤਿਗੁਰੂ ਨੇ ਆਖਿਆ ਨਾ ਪੈ ਕੇ ਚੜੂ ਕਰ ਭਾਵ ਕੇ ਲੋਇਨ ਸੁਰਤ ਕਰੇ ਸੁਰਤੀ ਜਿਹੜੀ ਹੈ ਉਹਨੂੰ ਆਪਣੀਆਂ ਅੱਖਾਂ ਬਣਾ ਲੋਇਨ ਸੁਰਤ ਕਰੇ ਕਹਿਣ ਲੱਗੇ ਨਾਨਕ ਕਹੇ ਸਿਆਣੀਏ ਇਹ ਕੰਤ ਮਿਲਾਵਾ ਹੋਏ ਗੁਰੂ ਤਾਂ ਸਮਝਾ ਦਿੰਦਾ ਕਿਉਂਕਿ ਗੁਰੂ ਨੂੰ ਕੋਈ ਲਾਲਚ ਨਹੀਂ ਗੁਰੂ ਨੇ ਕਿਸੇ ਨੂੰ ਮੁਗਲ ਤੇ ਭੁਲੇਖੇ ਵਿੱਚ ਨਹੀਂ ਪਾਉਣ ਇਸੇ ਨੇ ਕਹਿੰਦੇ ਭਾਈ ਜਿਹੜੀ ਗੱਲ ਵੀ ਪੁੱਛਣੀ ਹੋਵੇ ਗੁਰੂ ਕੋਲੋਂ ਪੁੱਛ ਲਓ ਕਿਸੇ ਬ੍ਰਾਹਮਣ ਰੂਪੀ ਭਾਵੇਂ ਉਹ ਕੇਸਰ ਧਾਰੀ ਬ੍ਰਾਹਮਣ ਹੋਵੇ ਤੇ ਭਾਵੇਂ ਬੋਧੀ ਧਾਰੀ ਬ੍ਰਾਹਮਣ ਹੋਵੇ ਉਹਦੇ ਕੋਲੋਂ ਰੱਬ ਨਹੀਂ ਮਿਲਦਾ ਹੁਣ ਗੁਰੂ ਨੇ ਸੱਚ ਕਹਿ ਦਿੱਤਾ ਨਾਨਕ ਸਿਆਖੜੀਆਂ ਬਿਆਨ ਜਿਹਨੇ ਦਿਸਣ ਦੋ ਮਾਂ ਤੇਰੇ ਰੱਬ ਇਹਨਾਂ ਅੱਖਾਂ ਨਾਲ ਨਹੀਂ ਉਹ ਦਿਸਣਾ ਉਹ ਅੱਖਾਂ ਹੋਰ ਨੇ ਔਰ ਲੋਇਨ ਸੁਰਤ ਕਰੇ ਉਹ ਸੁਰਤੀ ਦੀਆਂ ਅੱਖਾਂ ਨੇ ਜਿਹਨਾਂ ਨਾਲ ਰੱਬ ਮਿਲਦਾ ਨਾਨਕ ਕਹੇ ਸਿਆਣੀਏ ਇਹ ਬਕੰਤ ਮਿਲਾਵਾ ਹੋਇਆ ਪਰ ਬ੍ਰਾਹਮਣ ਆਪਣਾ ਗਾਹਕ ਕਿਉਂ ਗੁਆਵੇ ਉਹਨੇ ਪੱਥਰ ਦੀ ਮੂਰਤੀਆਂ ਰੱਖ ਦਿੱਤੀਆਂ ਜਿਹੜੀਆਂ ਅੱਖਾਂ ਨਾਲ ਦਿਸਦੀਆਂ ਸਨ ਆਖਿਆ ਆਈ ਭਗਵਾਨ ਇੱਥੋਂ ਸੰਸਾਰ ਦੇ ਦੁੱਖਾਂ ਦੀ ਕਹਾਣੀ ਸ਼ੁਰੂ ਹੋਈ ਧਰਮ ਦੇ ਖੇਤਰ ਵਿੱਚ ਧਰਮ ਦੇ ਖੇਤਰ ਵਿੱਚ ਦੁੱਖ ਪੈਦਾ ਹੋਏ ਕਲੇਸ਼ ਪੈਦਾ ਹੋਏ ਅੱਜ ਕਦੀ ਕੌੜੀ ਸੱਚਾਈ ਨੂੰ ਦੇਖੋਗੇ ਤਾਂ ਪਤਾ ਲੱਗੇਗਾ ਧਰਮ ਦੇ ਖੇਤਰ ਵਿੱਚ ਦੁੱਖ ਜ਼ਿਆਦਾ ਨੇ ਪਰੇਸ਼ਾਨੀਆਂ ਜ਼ੁਲਮ ਮਰਨ ਧਰਮ ਦੇ ਖੇਤਰ ਵਿੱਚ ਟਕਰਾਓ ਦੁਸ਼ਮਣੀਆਂ ਜ਼ਿਆਦਾ ਨੇ ਸਾਡੇ ਆਮ ਜੀਵਨ ਵਿੱਚ ਕਿਉਂ ਇਸੇ ਲਈ ਜ਼ਿਆਦਾ ਨੇ ਕਿਉਂਕਿ ਅਸੀਂ ਇੱਕ ਐਸੇ ਮੋੜ ਤੇ ਗਲਤ ਥਾਂ ਤੇ ਪਹੁੰਚ ਗਏ ਸਾਨੂੰ ਆਖ ਦਿੱਤਾ ਗਿਆ ਕਿ ਆ ਪੱਥਰ ਦੀ ਮੂਰਤੀ ਦਿਸਣ ਵਾਲਾ ਰੱਬ ਹੈ ਦਿਸਣ ਵਾਲਾ ਰੱਬ ਹੈ ਰੁਕੇ ਮੈਂ ਚਾਹੁੰਦਾ ਕਿ ਬੜੇ ਠਰੰਬੇ ਨਾਲ ਇਹਦੀ ਵਿਚਾਰ ਕਰੀਏ ਭਾਵੇਂ ਸਾਨੂੰ ਅਗਲੇ ਹਫ਼ਤੇ ਤੱਕ ਸ਼ਬਦ ਲਗਾਉਣਾ ਪਵੇ ਬਹੁਤ ਜ਼ਰੂਰੀ ਮਸਲਾ ਹੈ ਇਹਦੇ ਨਾਲ ਸੰਬੰਧਿਤ ਕਿਉਂਕਿ ਸਾਡੇ ਸਾਹਮਣੇ ਸਵਾਲ ਖੜਾ ਹੋ ਗਿਆ ਦਿਸਣ ਵਾਲਾ ਰੱਬ ਤੇ ਗੁਰੂ ਨੇ ਹਾਲਾਂਕਿ ਭੁਲੇਖਾ ਨਹੀਂ ਛੱਡਿਆ ਗੁਰੂ ਨੇ ਆਵਾਜ਼ ਦਿੱਤੀ ਭਲਿਆ ਦਿਸਣ ਵਾਲਾ ਰੱਬ ਹੋ ਹੀ ਨਹੀਂ ਸਕਦਾ ਕਿਉਂ ਜੋ ਦਿਸੇ ਜਿਹੜੀ ਚੀਜ਼ ਦਿਸਦੀ ਹੈ ਉਹ ਰੱਬ ਕਿਵੇਂ ਹੋ ਸਕਦੀ ਉਹ ਤਾਂ ਬਿਨਸ ਜਾਣ ਵਾਲੀ ਖਤਮ ਰੱਬ ਬਿਨਸਦਾ ਨਹੀਂ ਉਹ ਆਪਣਾ ਸ਼ੀਰਾ ਹੈ ਜਿਹੜਾ ਗੁਰਬਾਣੀ ਕੋਲ ਪੁੱਛ ਫੈਸਲਾ ਜੋ ਦਿਸੇ ਸਗਲ ਬਿਨਾਸੇ ਦੇਖਣ ਵਾਲੀ ਦੱਸਣ ਵਾਲੀ ਚੀਜ਼ ਬਿਨਸ ਜਾਣ ਵਾਲੀ ਬਲਕਿ ਗੁਰਬਾਣੀ ਨੇ ਇੱਕ ਹੋਰ ਥਾਂ ਤੇ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਹੇ ਮੇਰੇ ਮਾਲਕ ਮੈਂ ਕਰਾਂ ਕੀ ਤੂੰ ਮੈਨੂੰ ਦਿਸਦਾ ਨਹੀਂ ਦੁਨੀਆ ਦਿਸਦੀ ਹੈ ਤੇ ਜਿਹੜੀ ਚੀਜ਼ ਦਿਸਦੀ ਹੈ ਉਸੇ ਨਾਲ ਮੇਰਾ ਸੰਬੰਧ ਜੁੜ ਜਾਂਦਾ ਤੇਰੇ ਨਾਲ ਸੰਬੰਧ ਜੁੜ ਕਿਉਂ ਨਹੀਂ ਰਿਹਾ ਕਿਉਂਕਿ ਤੂੰ ਦਿਸਦਾ ਨਹੀਂ ਹੁਣ ਗੁਰੂ ਦੀ ਸੱਚਾਈ ਸੀ ਕਹਿਣ ਲੱਗੇ ਭਰਿਆ ਤੂੰ ਦਿਸਣ ਵਾਲੀ ਚੀਜ਼ ਨੂੰ ਰੱਬ ਬਣਾਈ ਬੈਠਾ ਸਿਰਫ ਕੇਵਲ ਉਹਨੇ ਤੈਨੂੰ ਇਸ ਪਾਸੇ ਲਾਇਆ ਜਿਹੜਾ ਆਪਣਾ ਗਾਹਕ ਨਹੀਂ ਛੱਡਣਾ ਚਾਹੁੰਦਾ ਭੁਲੇਖਾ ਪਾਉਣਾ ਚਾਹੁੰਦਾ ਉਹਦੇ ਕੋਲ ਅਣਦਿਸਿਆ ਰੱਬ ਨਾ ਉਹਨੇ ਆਪ ਦੇਖਿਆ ਨਾ ਤੈਨੂੰ ਦਿਖਾ ਸਕਦਾ ਉਹਨੇ ਦਿਸਣ ਵਾਲਾ ਪੱਥਰ ਦਾ ਬੁੱਤ ਬਣਾ ਦਿੱਤਾ ਉਹ ਆਪ ਵੀ ਵੇਖ ਸਕਦਾ ਤੈਨੂੰ ਵੀ ਦਿਖਾ ਸਕਦਾ ਤੇ ਆਖਦਾ ਆ ਹੀ ਭਗਵਾਨ ਜੇ ਗੁਰੂ ਹੋਵੇ ਤਾਂ ਕਿਹੜੀ ਸਪਸ਼ਟ ਗੱਲ ਕਰੇ ਆਖੇ ਕਰੇ ਅੰਤ
ਅੰਧਾ ਤੇ ਗੂੰਗਾ ਹੋ ਗਿਆ। ਆਇਆ ਸੀ ਰੱਬ ਨੂੰ ਮਿਲਣ ਵਾਸਤੇ, ਤੇ ਆਇਆ ਵੀ ਉਸ ਦਰਵਾਜ਼ੇ ਤੇ ਸੀ ਜਿਹਨੂੰ ਬ੍ਰਹਮਣ ਆਖਦੇ ਸਨ, ਬ੍ਰਹਮ ਮਨ ਵਾਲਾ। ਉਹਨਾਂ ਦੇ ਨਾਲ ਜਿਹੜਾ ਕਰੇ, ਮੈਂ ਤੇ ਰੱਬ ਵੇਖਿਆ ਨਹੀਂ, ਮੈਂ ਜੋ ਇਹ ਦੱਸੇ ਉਹੀ ਮੰਨਾਂਗਾ। ਜਾਂ ਤਾਂ ਆਪ ਨੂੰ ਪਛਾਣ ਹੋਵੇ ਨਾ, ਫਿਰ ਤਾਂ ਮਨੁੱਖ ਧੋਖਾ ਨਾ ਖਾਏ। ਆਪ ਨੂੰ ਪਛਾਣ ਨਹੀਂ, ਹੁਣ ਜਿਸ ਦੁਕਾਨ ਤੇ ਆ ਗਿਆ ਉਹਨੇ ਜੋ ਕੁਝ ਕਹਿਣਾ ਉਹ ਮੰਨਣਾ ਪੈਣਾ। ਉੱਥੇ ਅੰਧਾ ਵੀ ਹੋ ਜਾਏਗਾ, ਗੂੰਗਾ ਵੀ ਹੋ ਜਾਏ। ਗੂੰਗਾ ਭਾਵ ਕੋਈ ਜਿਹੜਾ ਕੋਈ ਗੱਲ ਨਹੀਂ ਕਰ ਸਕਦਾ, ਜੋ ਕੁਝ ਉਹਨੇ ਕਹਿ ਦਿੱਤਾ ਠੀਕ ਹੈ, ਮੰਨ ਲਓ ਬਸ, ਮੰਨ ਲਓ। ਇਹ ਵੀ ਕਦੋਂ ਗਤੀ, ਜਦੋਂ ਮਨੁੱਖ ਨੂੰ ਸੋਚਣ ਦੀ ਸ਼ਕਤੀ ਨਾ ਦਿੱਤੀ ਜਾਏ, ਬਜਾਏ ਉਹਨੂੰ ਸਮਝਾਉਣ ਦੇ ਇਹ ਆਖਿਆ ਜਾਏ ਜੋ ਹੁਕਮ ਹੋਵੇ ਉਹ ਮੰਨ ਲਓ ਬਸ, ਤੇਰਾ ਕੰਮ ਹੈ ਹੁਕਮ ਮੰਨਣਾ। ਜਿਸ ਮਨੁੱਖ ਦੀ ਇਹ ਬਿਰਤੀ ਬਣ ਜਾਏ ਨਾ ਕਿ ਮੈਂ ਸੋਚ ਨਹੀਂ ਸਕਦਾ, ਵਿਚਾਰ ਨਹੀਂ ਸਕਦਾ, ਜੋ ਮੈਨੂੰ ਹੁਕਮ ਹੈ ਹੁਕਮ ਮੰਨਣਾ ਹੀ ਮੰਨਣਾ, ਉਸ ਮਨੁੱਖ ਦੀ ਸੋਚ ਡੱਲ ਹੋ ਜਾਂਦੀ ਹੈ। ਤੁਸੀਂ ਬੱਚਿਆਂ ਦੇ ਪਰਖ ਕੇ ਵੇਖਦੇ ਹੋ, ਬੱਚਿਆਂ ਦਾ ਖਿਆਲ ਇਹ ਛੱਡਦੇ ਹੋ ਕਿ ਉਹ ਵਾਈ ਕਿਉਂ ਕਹਿੰਦੇ ਨੇ, ਉਹ ਹਰ ਗੱਲ 'ਤੇ ਸਵਾਲੀਆ ਫਿਕਰਾਂ ਕਿਉਂ ਪੜਾਉਂਦੇ ਨੇ। ਉਹਨਾਂ ਨੂੰ ਆਖੋ ਨਹੀਂ, ਜੋ ਕੁਝ ਮੈਂ ਕਹਿਣਾ ਮੰਨ ਲੈ। ਬੇਸ਼ੱਕ ਇਹ ਗੱਲ ਵੱਖਰੀ ਹੈ ਕਿ ਅੱਜ ਦਾ ਬੱਚਾ ਨਹੀਂ ਮੰਨੇਗਾ, ਪਰ ਜੇ ਤੁਸੀਂ ਕੋਸ਼ਿਸ਼ ਕਰੋਗੇ ਦਬਾ ਕੇ ਉਹਨੂੰ ਇਹ ਗੱਲ ਆਖਣ ਦੀ ਕਿ ਤੈਨੂੰ ਮੇਰਾ ਹੁਕਮ, ਮੇਰਾ ਵਚਨ, ਜੋ ਮੇਰਾ ਫੈਸਲਾ ਮੰਨਣਾ ਹੀ ਪਏਗਾ, ਤੁਸੀਂ 10 ਸਾਲ ਬਾਅਦ 20 ਸਾਲ ਬਾਅਦ ਦੇਖੋਗੇ ਸਮਾਜ ਵਿੱਚ ਉਹ ਚੰਗੀ ਪੱਧਰ 'ਤੇ ਖੜਾ ਹੀ ਨਹੀਂ ਹੋ ਸਕੇਗਾ, ਕਿਉਂਕਿ ਉਹਦੀ ਸੋਚਣ ਸ਼ਕਤੀ ਡੱਲ ਹੋ ਗਈ। ਵਿਚਾਰ ਚਲੇ ਗਏ ਤੇ ਗੁਰੂ ਨੇ ਆਖਿਆ ਮਨੁੱਖ ਦੀ ਹਾਲਤ ਵੀ ਇਹ ਹੋ ਗਈ। ਜਿਸ ਆਦਮੀ ਨੇ ਸੋਚਣਾ ਹੀ ਕੁਝ ਨਹੀਂ, ਵਿਚਾਰਨਾ ਹੀ ਕੁਝ ਨਹੀਂ, ਜਿਹਦੀ ਵਿਚਾਰ ਹੀ ਜ਼ਰਖੇਜ਼ ਨਾ ਰਹੀ, ਰੋਕ ਦਿੱਤੀ ਗਈ, ਜਿਹਦੀ ਵਿਚਾਰ ਤੇ ਸੁਰਤ ਨੂੰ ਅਗਾਂਹ ਪੈਂਦਾ ਕਰਨ ਦਾ ਹੱਕ ਹੀ ਖਤਮ ਕਰ ਦਿੱਤਾ ਗਿਆ, ਦਰਵਾਜ਼ੇ ਹੀ ਬੰਦ ਕਰ ਦਿੱਤੇ ਗਏ, ਭਲਾ ਉਹ ਮਨੁੱਖ ਕਿੰਨਾ ਕੁ ਉਸਾਰੂ ਹੋਏਗਾ, ਇਹ ਆਪ ਹੀ ਸੋਚ ਲਓ। ਮਨੁੱਖ ਨੂੰ ਇੱਥੇ ਲਿਆ ਕੇ ਖੜਾ ਕਰ ਦਿੱਤਾ, ਤੂੰ ਵਿਚਾਰ ਨਹੀਂ ਕਰ ਸਕਦਾ। ਹੁਣ ਆਪਣੇ ਗਰੇਬਾਂ 'ਚ ਵੀ ਨਾਲ ਨਾਲ ਝੱਤ ਪਾਉਂਦੇ ਜਾਇਓ, ਅਤੇ ਸਾਨੂੰ ਵੀ ਇਸੇ ਮੋੜ 'ਤੇ ਲਿਆ ਕੇ ਖੜਾ ਕਰ ਦਿੱਤਾ ਗਿਆ। ਤੁਸੀਂ ਕੇਵਲ ਹੁਕਮ ਮੰਨਣਾ ਹੈ ਬਸ, ਕੋਈ ਵਿਚਾਰ ਨਹੀਂ ਕਰ ਸਕਦੇ, ਵਿਚਾਰ ਛੱਡ ਜਾਓ। ਅੱਜ ਇਸ ਦਿਨ ਅਸੀਂ ਅਰਦਾਸ ਨੂੰ ਚੰਗੀ ਤਰ੍ਹਾਂ ਸੋਚਿਆ ਨਾ, ਉੱਥੇ ਆ ਲਫ਼ਜ਼ ਕਿਉਂ ਪਾਏ? ਦਸੋਂ ਪਾਸਿਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ, ਅਤੇ ਇੱਕ ਲਫ਼ਜ਼ ਹੋਰ ਪਾਇਆ ਵਿਚਾਰ। ਸਿਰਫ ਪਾਠ ਕਰ ਲਓ, ਸਿਰਫ ਦਰਸ਼ਨ ਕਰ ਲਓ, ਆਓ ਮੱਥਾ ਟੇਕ ਕੇ ਰੁਮਾਲਿਆਂ ਵਿੱਚ ਸਭ ਨੂੰ ਸੁਸ਼ੋਭਿਤ ਨੇ ਦਰਸ਼ਨ ਕਰ ਲਿਆ, ਜਾਂ ਇੱਥੋਂ ਤੱਕ ਕੋਈ ਬੀਬੀਆਂ ਕਈ ਵਾਰੀ ਕਹਿੰਦੀਆਂ ਰੁਮਾਲਾ ਚੁੱਕ ਕੇ ਦਰਸ਼ਨ ਕਰ ਲਿਆ, ਪਾਠ ਕਰ ਲਿਆ, ਵਿਚਾਰ ਬਿਲਕੁਲ ਕੀਤੀ ਨਹੀਂ। ਕੀ ਲਿਖਿਆ ਗੁਰੂ ਨੇ, ਗੁਰੂ ਨੇ ਕੀ ਬਚਨ ਕੀਤਾ? ਸਾਰੀ ਜ਼ਿੰਦਗੀ ਪਾਠ ਵੀ ਕਰਦੇ ਰਹੇ, ਦਰਸ਼ਨ ਵੀ ਕਰਦੇ ਰਹੇ, ਗੁਰੂ ਦੀ ਵਿਚਾਰ ਦਾ ਪਤਾ ਹੀ ਨਹੀਂ ਲੱਗੇਗਾ। ਅਸੀਂ ਸ੍ਰੀ ਅਰਦਾਸ ਵਿੱਚ ਇੱਕ ਲਫ਼ਜ਼ ਪਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਵਿਚਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਮਸਲਾ ਤਾਂ ਸਾਡਾ ਜਿਹੜਾ ਜਿੱਥੋਂ ਅਸੀਂ ਉਲਝ ਗਏ ਉਸ ਤੋਂ ਨਿਕਲ ਰਹੇ ਹੁੰਦੇ, ਗੂੰਗਿਆਂ ਦਾ ਅਧਾਰੀ ਨਾ ਬਣੇ ਰਹੀਏ। ਸ਼ਬਦਾਵਲੀ ਨੂੰ ਸੋਚੀਏ, ਪਰ ਬ੍ਰਹਮਣ ਦੇ ਦਰਵਾਜ਼ੇ ਤੇ ਪਹੁੰਚਿਆ ਹੋਇਆ ਜਿਹੜਾ ਮਨੁੱਖ ਸੀ, ਉਹਦੇ ਸਾਹਮਣੇ ਪੱਥਰ ਦਾ ਭਗਵਾਨ ਰੱਖ ਦਿੱਤਾ ਗਿਆ, ਲੈ ਮੈਂ ਤੈਨੂੰ ਦਿਖਾ ਉਹ ਭਗਵਾਨ ਦਿੰਦਾ ਜਿਹਨੂੰ ਤੂੰ ਦੇਖ ਸਕੇ, ਤੇਰੇ ਮਨ ਦੀ ਇਹ ਤਸੱਲੀ ਹੋ ਜਾਏ, ਜੀਵਨ ਤਾਂ ਉਹ ਗਣੀਏ ਹਰ ਭੇਖਾ, ਤੈਨੂੰ ਉਹ ਭਗਵਾਨ ਦਿੰਦਾ, ਉਹ ਹਰੀ ਦਿੰਦਾ ਜਿਹਨੂੰ ਤੂੰ ਵੇਖ ਸਕੇ। ਪਰ
मेरे अगे बोली ना जो मैं कहना चला जा वो करता जाए जे मैं आखा इन इशनान करा बस उस पत्थर दे पूजा उस पत्थर दे भगवान नु भगवान समझ के इशनान करा दूं गुरु बाणी विच भी आखना पिया कहन लगे आनी ले कुंभ बराई लो दे ठाकर को इशनान करो गुरबाणी ने हर गल दा खुलासा कीता कहन लगे आनी ले कुंभ कुंभ कहंदे ने घड़े नु बराई लो दे ठाकर को इशनान करो ਕਹਿਣ ਲੱਗੇ 42 ਲੱਖ ਜੀ ਜਲ ਮੈਂ ਹੋਤੇ ਆਹ ਗੱਲ ਕਿਸੇ ਨੇ ਨਾ ਸਮਝਾਈ ਡਾਕਟਰ ਪਾਣੀ ਦੀ ਲਾਇਆ ਖੜਾ ਪਾਣੀ ਦਾ ਲਾਇਆ ਇਸ਼ਨਾਨ ਕਰਾ ਦੇ ਠਾਕਰ ਦੇ ਉਸ ਪੱਥਰ ਦੇ ਠਾਕਰ ਨੂੰ ਇੰਨੀ ਗੱਲ ਤੇ ਸਮਝਾ ਦਿੱਤੀ ਕਿਸੇ ਨੇ ਨਾਲ ਇਹ ਗੱਲ ਨਾ ਸਮਝਾਈ ਭਰਿਆ ਜਿੱਥੋਂ ਪਾਣੀ ਲਿਆਉਣਾ ਹੈ ਉਹਦੇ ਵਿੱਚ ਮੱਛਲੀਆਂ ਡੱਡਾਂ ਹੋਰ ਜੀਵ ਜੰਤ ਬੈਠੇ ਨੇ ਉਹਨਾਂ ਵਿੱਚ ਵੀ ਰੱਬ ਰਹਿੰਦਾ ਉੱਥੇ ਹੀ ਇਸ਼ਨਾਨ ਕਰ ਲਿਆ ਉਹ ਹੁਣ ਦੱਸੇ ਕਿੱਥੇ ਕਿਸੇ ਮਛਲੀ ਵਿੱਚ ਸਾਨੂੰ ਰੱਬ ਕਿਵੇਂ ਦਿਸੇ ਉਹ 42 ਲੱਖ ਜੀਵ ਜਿਹੜੇ ਜਲ ਵਿੱਚ ਨੇ ਉਹਨਾਂ ਵਿੱਚੋਂ ਸਾਨੂੰ ਰੱਬ ਕਿਵੇਂ ਦਿਸੇ ਗੁਰਬਾਣੀ ਨੇ ਆਖ ਦਿੱਤਾ ਕਹਿ ਦਿੱਤਾ ਸਾਨੂੰ ਕਹਿ ਕੇ ਆਣੀ ਲੈ ਕੁੰਭ ਭਰਾਈ ਲੈ ਉਦਕ ਠਾਕਰ ਕੋ ਇਸ਼ਨਾਨ ਕਰੋ 42 ਲੱਖ ਜੀ ਜਲ ਮੈਂ ਹੋਤੇ ਬੀਠਲ ਬਹਿਲਾ ਕਾਹ ਕਰੋ ਇਹ ਮੈਂ ਬੀਠਲ ਉਹ ਮੈਂ ਬੀਠਲ ਮਿੱਠਲ ਵਿੱਚ ਸੰਸਾਰ ਨਹੀਂ ਰੱਬ ਤੇ ਹਰ ਥਾਂ ਤੇ ਦੱਸਦਾ ਪਰ ਤੈਨੂੰ ਨਹੀਂ ਦਿਸਦਾ ਤੂੰ ਪੱਥਰ ਦੀ ਮੂਰਤੀ ਵਿੱਚੋਂ ਉਸ ਬੁੱਤ ਵਿੱਚੋਂ ਰੱਬ ਨੂੰ ਢੂੰਡ ਰਿਹਾ ਫਰਕ ਕੀ ਹੈ ਕਿ ਜਿਹੜਾ ਹਰ ਥਾਂ ਤੇ ਹੈ ਉਹ ਤੈਨੂੰ ਇਹਨਾਂ ਅੱਖਾਂ ਨਾਲ ਨਹੀਂ ਦਿਸ ਸਕਦਾ ਮਸਲਾ ਉੱਥੇ ਆ ਜਾਣਾ ਜਿਹੜਾ ਹਰ ਥਾਂ ਤੇ ਉਹ ਤੈਨੂੰ ਅੱਖਾਂ ਇਹਨਾਂ ਅੱਖਾਂ ਨਾਲ ਨਹੀਂ ਦਿਸ ਸਕਦਾ ਤੇ ਜਿਹੜਾ ਪੱਥਰ ਦੀ ਮੂਰਤੀ ਉਹ ਤੈਨੂੰ ਅੱਖਾਂ ਨਾਲ ਇਹਨਾਂ ਅੱਖਾਂ ਨਾਲ ਦਿਸ ਲਈ ਤੂੰ ਉੱਥੇ ਰੀਝ ਗਿਆ ਇਸੇ ਲਈ ਤੈਨੂੰ ਪੱਥਰ ਦੀ ਮੂਰਤੀ ਵੱਲ ਲਾਉਣ ਵਾਲੇ ਨੇ ਇੱਕ ਬੜਾ ਅਚੰਭੇ ਕਿਸਮ ਦਾ ਤਰੀਕਾ ਵਰਤਿਆ ਉਹਨੇ ਤੈਨੂੰ ਇਹ ਸਮਝਾ ਦਿੱਤਾ ਕਿ ਬਿਲਕੁਲ ਕੋਈ ਵਿਚਾਰ ਨਾ ਕਰੀ ਜੋ ਮੈਂ ਆਖਦਿਆਂ ਕਰੀ ਚਲੀ ਆਨੀ ਲੈ ਪੂਰ ਪਰੋਈ ਲੈ ਮਾਲਾ ਠਾਕਰ ਕੀ ਹੋ ਪੂਜ ਕਰੋ ਫੁੱਲ ਲੈ ਨਹੀਂ ਤੋੜ ਕੇ ਉਹਦਾ ਹਾਰ ਬਣਾ ਲਏ ਠਾਕਰ ਦੀ ਪੂਜਾ ਕਰੀ ਪਰ ਇਹ ਕਿਸੇ ਨੇ ਸਮਝਾਇਆ ਕਿ ਪਹਿਲੇ ਬਿਆਸ ਲਈ ਹੈ ਬਹਰੇ ਤੇਰੇ ਤੋਂ ਪਹਿਲਾਂ ਭਵਰੇ ਨਹੀਂ ਹੁੰਦੀ ਵਾਸ਼ਨਾ ਲੈ ਲਈ ਭਵਰੇ ਵਿੱਚ ਵੀ ਤਰਬ ਰਹਿੰਦਾ ਪਹਿਲੇ ਬਿਆਸ ਲਈ ਹੈ ਬਹਰੇ ਮਿੱਠੇ ਬਹਿਲਾ ਕਾਇ ਕਰੋ ਹੁਣ ਇਹ ਉਹ ਗੱਲ ਸਮਝਣ ਵਾਲੀ ਹੈ ਗੁਰੂ ਤੁਹਾਨੂੰ ਅਦੇ ਖਰਾਬ ਨਾਲ ਜੋੜ ਰਿਹਾ ਹੈ ਅੱਗੇ ਚੱਲ ਕੇ ਮੈਂ ਚਾਹਾਂਗਾ ਆਪਣੇ ਸ਼ਬਦ ਨੂੰ ਅੱਗੇ ਹਫ਼ਤੇ ਤੇ ਲੈ ਕੇ ਚੱਲੀ ਕਿਉਂਕਿ ਇਹਦੇ ਬਹੁਤ ਸਾਰੇ ਪੱਖ ਸਮਝਣ ਵਾਲੇ ਨੇ ਗੁਰੂ ਸਾਨੂੰ ਅਦੇਖ ਰੱਬ ਵੱਲ ਜੋੜ ਰਿਹਾ ਤੇ ਬ੍ਰਾਹਮਣਿਜ਼ਮ ਭਾਵੇਂ ਉਹ ਕਿਸੇ ਰੂਪ ਵਿੱਚ ਹੋਵੇ ਬ੍ਰਾਹਮਣਿਜ਼ਮ ਹੈ ਬ੍ਰਾਹਮਣ ਦਾ ਮਤਲਬ ਇਹ ਨਹੀਂ ਕਿ ਬ੍ਰਾਹਮਣ ਦੇ ਘਰ ਪੈਦਾ ਹੋਣ ਵਾਲਾ ਉਹ ਬ੍ਰਾਹਮਣਿਜ਼ਮ ਸਾਡੇ ਵਿੱਚ ਵੀ ਆ ਗਿਆ ਬਿਲਕੁਲ ਇਸੇ ਕਿਸਮ ਦਾ ਜੀਵਨ ਦਾ ਬਿਰਤਾਂਤ ਅਸੀਂ ਆਪਣੇ ਜੀਵਨ ਵਿੱਚ ਭੋਗ ਰਹੇ ਹਾਂ ਮੈਂ ਚਾਹੁੰਦਾ ਇਹਨੂੰ ਅਸੀਂ ਚੰਗੀ ਤਰ੍ਹਾਂ ਸਮਝ ਲੈਂਦੇ ਹਾਂ ਉਹਨੇ ਸਾਨੂੰ ਇਹ ਉਜ਼ਰ ਇਹ ਵਿਚਾਰ ਕਰਨ ਤੋਂ ਰੋਕ ਦਿੱਤਾ ਹਾਲਾਂਕਿ ਗੁਰੂ ਨੇ ਬਾਰ ਬਾਰ ਆਵਾਜ਼ ਦਿੱਤੀ ਕਹਿਣ ਲੱਗੇ ਕਰਿਆ ਮੈਂ ਤੈਨੂੰ ਅਦੇਖ ਰੱਬ ਨੂੰ ਦੇਖਣ ਦਾ ਤਰੀਕਾ ਦੱਸਣਾ ਚਾਹੁੰਦਾ ਤੈਨੂੰ ਉਧਰੋਂ ਨਿਰਾਸ਼ ਨਹੀਂ ਕਰਨਾ ਚਾਹੁੰਦਾ ਪਰ ਤਾਂ ਹੀ ਦੇਖ ਉਸਨੂੰ ਦੇਖਣ ਦਾ ਤਰੀਕਾ ਆਏਗਾ ਜੇ ਦੇਖਣ ਵਾਲੇ ਰੱਬ ਨੂੰ ਛੱਡੇਗਾ ਜਿਹੜੇ ਉੱਥੇ ਹੀ ਆਏ ਲੱਗ ਗਏ ਵੀ ਠੀਕ ਹੈ ਪੱਥਰ ਦੀ ਮੂਰਤੀ ਨੂੰ ਪੂਜ ਆਇਆ ਆਨੀ ਲੈ ਦੂਧ ਰਿਧਾਈ ਲੈ ਖਾਰ ਖੀਰਨ ਠਾਕਰ ਕੋ ਨੈਵੇਦ ਕਰੋ ਪਹਿਲੇ ਦੁੱਧ ਬਿਟਾਰੇ ਉਹ ਬਛਰੇ ਪੀਠਲ ਬਹਿਲਾ ਕਾਇ ਕਰੋ ਦੁੱਧ ਲੈ ਆਉਂਦਾ ਉਹਦੀ ਖੀਰ ਬਣਾ ਲਈ ਠਾਕਰਾਂ ਦੀ ਠਾਕਰਾਂ ਨੂੰ ਭੋਗ ਲਵਾ ਦਿੱਤਾ ਕਹਿਣ ਲੱਗੇ ਜਿੱਥੋਂ ਦੁੱਧ ਲਿਆ ਉਸ ਦੁੱਧ ਨੂੰ ਤਾਂ ਤੇਰੇ ਚੋਣ ਤੋਂ ਪਹਿਲਾਂ ਗਵਾਲੇ ਦੇ ਚੋਣ ਤੋਂ ਪਹਿਲਾਂ ਵੱਛੇ ਨੂੰ ਪੀ ਲਏ ਤੇ ਵੱਛੇ ਵਿੱਚ ਵੀ ਤਾਂ ਰੱਬ ਰਹਿੰਦਾ ਕਿਉਂਕਿ ਇਹ ਵੀ ਬੀਠਲ ਉਹ ਵੀ ਬੀਠਲ ਹੈ ਉਹ ਥਾਂ ਥਾਂ ਤੇ ਰਹਿੰਦਾ ਪਰ ਉੱਥੇ ਤੈਨੂੰ ਦਿਸਿਆ ਨਹੀਂ ਤੈਨੂੰ ਸਿਰਫ ਬੱਚਾ ਹੀ ਦੱਸਿਆ ਉੱਥੇ ਤੈਨੂੰ ਰੱਬ ਦਿਸ
ਦੱਸਿਆ ਨਹੀਂ ਕਿਉਂਕਿ ਉਹ ਰੱਬ ਇਹਨਾਂ ਅੱਖਾਂ ਨਾਲ ਨਹੀਂ ਦੱਸ ਸਕਦਾ ਸੀ, ਇਹਨਾਂ ਅੱਖਾਂ ਨਾਲ ਤਾਂ ਕੇਵਲ ਬੱਚਾ ਹੀ ਦੱਸ ਸਕਦਾ ਸੀ। ਇੱਥੇ ਮੈਂ ਤੈਨੂੰ ਪੱਥਰ ਦੇ ਵਰਛਾ ਦਾ ਫਿਰ ਵੀ ਜਿਉਂਦੀ ਜਾਣ ਸੀ, ਮੈਂ ਤੈਨੂੰ ਪੱਥਰ ਦੀ ਮੂਰਤੀ ਵੱਲ ਇਸ਼ਾਰਾ ਕਰਕੇ ਆਖ ਦਿੱਤਾ ਆਹ ਤੇਰਾ ਰੱਬ ਹੈ, ਆਹ ਤੇਰਾ ਭਗਵਾਨ ਹੈ, ਪਰ ਤੈਨੂੰ ਅੰਧਾ ਗੂੰਗਾ ਕਰ ਦਿੱਤਾ, ਇਸ ਲਈ ਤੂੰ ਹੁਣ ਇੱਥੇ ਵਿਚਾਰ ਛੱਡ ਦਿੱਤੇ, ਤੂੰ ਇਹ ਸੋਚਣਾ ਹੀ ਛੱਡ ਦਿੱਤਾ ਹੈ ਵੀ ਮੈਂ ਬ੍ਰਾਹਮਣ ਕੋਲੋਂ ਇੰਨਾ ਹੀ ਪੁੱਛ ਲਵਾਂ ਜੀ, ਜੇ ਵੱਛਾ ਉਹਦੇ ਵਿੱਚ ਰੱਬ ਨਹੀਂ ਦਿਖਾ ਸਕੇ ਤੇ ਆਹ ਪੱਥਰ ਦੀ ਮੂਰਤੀ ਵਿੱਚ ਰੱਬ ਕਿਵੇਂ ਹੋਇਆ, ਇਹ ਕਿਵੇਂ ਹੋਇਆ। ਹਾਲਾਂਕਿ ਗੁਰੂ ਨੇ ਬੜੀ ਸਪਸ਼ਟ ਆਵਾਜ਼ ਦਿੱਤੀ, ਕਹਿਣ ਲੱਗੇ ਸਰ ਜੀਓ ਕਾਟੇ ਨਿਰਜੀਓ ਪੂਜੇ, ਜਿਹਦੇ ਵਿੱਚ ਜੀਵਨ ਹੈ ਉਹਨਾਂ ਫੁੱਲਾਂ ਨੂੰ ਤਾਂ ਕੱਟ ਰਿਹਾ, ਫੁੱਲਾਂ ਵਿੱਚ ਜੀਵਨ ਹੈ, ਉਹਨਾਂ 'ਤੇ ਮੌਸਮ ਦਾ ਵੀ ਅਸਰ ਹੁੰਦਾ, ਉਹਦੇ 'ਤੇ ਦਵਾਈਆਂ ਦਾ ਵੀ ਅਸਰ ਹੁੰਦਾ, ਉਹ ਖੁਰਾਕ ਭੋਜਨ ਵੀ ਮੰਗਦੇ ਨੇ, ਭਾਵ ਪਾਣੀ ਮੰਗਦੇ ਨੇ, ਧੁੱਪ ਮੰਗਦੇ ਨੇ, ਉਹਨਾਂ ਵਿੱਚ ਜੀਵਨ ਹੈ। ਅਤੇ ਪੱਥਰ ਜਿਹੜਾ ਉਹ ਭਾਵੇਂ ਸਰਦੀਆਂ 'ਚ ਬਾਹਰ ਰੱਖ ਦਿਓ, ਭਾਵੇਂ ਗਰਮੀਆਂ 'ਚ ਰੱਖ ਦਿਓ, ਉਹਦੇ 'ਚ ਕੋਈ ਫਰਕ ਨਹੀਂ, ਕਦੀ ਨਾ ਹਰਾ ਹੁੰਦਾ ਨਾ ਸੁੱਕਦਾ, ਉਹ ਨਿਰਜੀਓ ਹੈ। ਪਰ ਤੂੰ ਕੀ ਹੈ ਜਿਹੜਾ ਸਰ ਜੀਓ ਕਾਟੇ ਨਿਰਜੀਓ ਪੂਜੇ, ਜਿਹਦੇ ਵਿੱਚ ਜੀਵਨ ਹੈ ਉਹਨੂੰ ਕੱਟ ਕੇ ਜਿਹੜਾ ਨਿਰਜੀਵ ਹੈ ਉਹਨੂੰ ਭਗਵਾਨ ਸਮਝ ਕੇ ਉਹਦੀ ਪੂਜਾ ਕਰ ਰਿਹਾ। ਪਰ ਦੁਖਾਂਤ ਇਹ ਹੈ ਕਿ ਤੂੰ ਸਵਾਲ ਨਹੀਂ ਕਰ ਸਕਦਾ, ਪੁੱਛ ਨਹੀਂ ਸਕਦਾ, ਤੇਰੀ ਜ਼ਬਾਨ ਬੰਦ ਕਰ ਦਿੱਤੀ ਗਈ, ਤੇਰਾ ਬੋਲਣਾ ਬੰਦ ਕਰ ਦਿੱਤਾ ਗਿਆ, ਉਹਨੇ ਤੇਰੀ ਵਿਚਾਰ ਸ਼ਕਤੀ ਖਤਮ ਕਰ ਦਿੱਤੀ। ਗੁਰੂ ਕਹਿੰਦੇ ਮੈਂ ਤੈਨੂੰ ਵਿਸ਼ਵਾਸ ਇਹ ਦਵਾਨਾ ਕਿ ਇਹ ਗੱਲ ਠੀਕ ਹੈ, ਜੀਵਨ ਤੋ ਗਣੀਏ ਹਰ ਭੇਖਾ, ਰੱਬ ਨੂੰ ਵੇਖੇ ਬਿਨਾ ਕਾਹਦਾ ਜੀਵਨ ਹੈ। ਅਗਲੇ ਪਾਸੇ ਲਹਿਣ ਆਈ, ਕਹਿਣ ਲੱਗੇ ਕਰੋ ਕਿਰਪਾ ਪ੍ਰੀਤੋਂ ਮਨ ਮੋਹਣ, ਮੇਰੇ ਮਾਲਿਕ ਰਹਿਮਤ ਕਰ, ਹੋਰ ਭਰਮ ਕੀ ਰੇਖਾ, ਜਿਹੜੀ ਮੇਰੇ ਅਤੇ ਮੇਰੇ ਰੱਬ ਦੇ ਦਰਮਿਆਨ ਭਰਮਾਂ ਦੀ ਰੇਖਾ ਲਕੀਰ ਖਿੱਚੀ ਹੋਈ ਹੈ ਨਾ, ਜਿਹੜੀ ਮੈਨੂੰ ਅਦੇਖ ਰੱਬ ਦੇਖਣ ਨਹੀਂ ਦਿੰਦੀ, ਅਹਿਸਾਸ ਨਹੀਂ ਹੋਣ ਦਿੰਦੀ, ਮੈਂ ਉਹਦੀਆਂ ਬੰਦਾਂ 'ਤੇ ਸੁਣ ਕਰਦਾ, ਰੋਜ਼ ਸੁਣ ਰਹੇ ਉਹ ਅਦੇਖ ਹੈ, ਉਹ ਅਦੇਖ ਹੈ, ਦਿਸਦਾ ਨਹੀਂ, ਪਰ ਹੋਇਆ ਕੀ ਹੈ। ਕਹਿਣ ਲੱਗੇ ਕਹਿ ਤਾਂ ਸੁਣਤ ਕੱਛ ਸ਼ਾਂਤ ਨਾ ਉਪਜੇ, ਅੰਦਰਲੀ ਇਕਾਗਰਤਾ ਕੇਵਲ ਗੱਲਾਂ ਕਰਨ ਨਾਲ ਜਾਂ ਗੱਲਾਂ ਸੁਣਨ ਨਾਲ ਨਹੀਂ ਬਣਦੀ, ਕਹਿ ਸੁਣਤ ਕੱਛ ਸ਼ਾਂਤ ਨਾ ਉਪਜੇ, ਬਿਨ ਵਿਸ਼ਵਾਸ ਕਿਆ ਸੇਖਾ, ਜੇ ਅੰਦਰ ਕੋਈ ਵਿਸ਼ਵਾਸ ਨਾ ਜਾਗੇ, ਜੇ ਅੰਦਰ ਕੋਈ ਜਾਗਰਤੀ ਨਾ ਆਵੇ, ਤੇ ਰੱਬ ਦੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਈਏ। ਆਓ ਅੱਜ ਆਪਾਂ ਇੱਥੇ ਤੱਕ ਰੁਕੀਏ, ਅਗਲੀ ਵਾਰ ਇਸੇ ਸਬਜੈਕਟ ਨੂੰ ਆਪਾਂ ਅੱਗੇ ਤੋਰਾਂਗੇ। ਕਹਿੰਦੇ ਨੇ ਜੀਵਨ ਅਸੀਂ ਵੀ ਬ੍ਰਾਹਮਣਵਾਦ ਦੇ ਉਸ ਮੋੜ 'ਤੇ ਆ ਕੇ ਖੜ੍ਹੇ ਹੋ ਗਏ।
ਜਿੱਥੇ ਸਾਨੂੰ ਕੇਵਲ ਅੱਖਾਂ ਬੰਦ ਕਰਕੇ ਅੰਧੇ ਗੂੰਗੇ ਅੰਧ ਅੰਧਾਰ ਹੋ ਕੇ ਕੇਵਲ ਤੇ ਕੇਵਲ ਬ੍ਰਹਮਣ ਜਮ ਦੇ ਉਸ ਅੱਖੀ ਦੇਖੇ ਜਾਣ ਵਾਲੇ ਭਗਵਾਨ ਨਾਲ ਜੋੜਿਆ ਜਾ ਰਿਹਾ ਹੈ, ਬਿਲਕੁਲ ਬਦਲਵੇਂ ਰੂਪ ਵਿੱਚ ਜੋੜਿਆ ਜਾ ਰਿਹਾ। ਬ੍ਰਾਹਮਣ ਨੇ ਵੀ ਇਹੋ ਆਖਿਆ ਸੀ, ਮੈਂ ਤੈਨੂੰ ਉਹ ਅਦਿੱਖ ਪ੍ਰਭੂ ਨਹੀਂ ਦਿਖਾ ਸਕਦਾ, ਮਨ ਵਿੱਚ ਇਹ ਸੋਚਿਆ ਸੀ, ਮੈਂ ਤੈਨੂੰ ਦਿਸਣ ਵਾਲਾ ਰੱਬ ਦਿਖਾ ਦੇਣਾ। ਉਹਨੇ ਦਿਸਣ ਵਾਲੇ ਰੱਬ ਪੈਦਾ ਕੀਤੇ ਹੈ, ਪੱਥਰ ਦੀ ਮੂਰਤੀਆਂ ਬਣਾਈਆਂ ਤੇ ਉਹਨਾਂ ਨੂੰ ਆਖਿਆ ਇਹ ਤੇਰਾ ਭਗਵਾਨ ਹੈ, ਦਿਸਣ ਵਾਲੇ ਰੱਬ। ਜਿਹੜਾ ਅਦਿੱਖ ਸੀ, ਅਗਮ ਅਗੋਚਰ ਸੀ, ਜਿਹਦੇ ਸੰਬੰਧ ਵਿੱਚ ਹੁਣੇ ਤੋਂ ਕਾਈ ਸੀ ਕਿ ਖੋਜਤ ਖੋਜਤ ਮੈਂ ਫਿਰੂੰ, ਖੋਜੋ ਬਣਥਾਨ, ਮੈਂ ਰੱਬ ਨੂੰ ਭਾਲਦਾ ਰਿਹਾ ਭਾਲਦਾ ਰਿਹਾ, ਪਰ ਕਰਾਂ ਕਿ ਰੱਬ ਮਿਲਿਆ ਨਾ ਮੈਂ, ਕਿਉਂਕਿ ਮੈਂ ਨਾ ਅੱਖਾਂ ਨਾਲ ਦੇਖਣਾ ਚਾਹੁੰਦਾ ਸਾਂ, ਦੇਖਣ ਵਾਲਾ ਰੱਬ ਢੂੰਡਣਾ ਚਾਹੁੰਦਾ ਸਾਂ, ਪਰ ਹੈ ਕਿ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ, ਉਹ ਅਛਲ ਅਛੇਦ ਅਤੇ ਅਭੇਦ ਹੈ, ਮੇਰਾ ਭਗਵਾਨ ਉਹ ਜਿਹਾ ਹੈ, ਪਰ ਮੈਂ ਅੱਖਾਂ ਨਾਲ ਦੇਖਣ ਵਾਲਾ ਭਗਵਾਨ ਢੂੰਡ ਰਿਹਾ ਸਾਂ। ਦੁਖਦ ਸੀ ਅਸੀਂ ਅਦਿੱਖ ਨਾ ਦਿਸਣ ਵਾਲੇ ਅਹਿਸਾਸ ਜਗਾਉਣ ਵਾਲੇ ਭਗਵਾਨ, ਅਹਿਸਾਸ ਜਗਾਉਣ ਵਾਲੇ ਗੁਰੂ ਤੋਂ ਮੁਨਕਰ ਕਰ ਦਿੱਤਾ ਗਿਆ ਸਾਨੂੰ, ਸਾਨੂੰ ਦਿਸਣ ਵਾਲੇ ਗੁਰੂ ਦਿਸਣ ਵਾਲੇ ਰੱਬ ਬਣਾ ਕੇ ਸਾਡੇ ਸਾਹਮਣੇ ਬਿਠਾ ਦਿੱਤੇ ਗਏ। ਅਤੇ ਦੂਜੇ ਪਾਸੇ ਜਿਵੇਂ ਬ੍ਰਾਹਮਣ ਨੇ ਆਖਿਆ ਸੀ ਨਾ, ਤੁਸੀਂ ਮੇਰੇ ਸਾਹਮਣੇ ਬੋਲ ਨਹੀਂ ਸਕਦੇ, ਜੋ ਮੈਂ ਕਹੀ ਜਾਂਦਾ ਮੰਨ ਜਾਓ, ਬਸ ਵਿਚਾਰ ਸ਼ਕਤੀ ਤੁਹਾਡੀ ਖਤਮ ਹੋ ਜਾਏ, ਵਿਚਾਰ ਸ਼ਕਤੀ ਖਤਮ ਹੋ ਜਾਏ, ਤੁਸੀਂ ਕੁਛ ਵਿਚਾਰ ਨਹੀਂ ਸਕਦੇ, ਜੋ ਬ੍ਰਾਹਮਣ ਆਖੇ ਬਸ ਮੰਨ ਲਓ, ਹੁਕਮ ਹੈ। ਅੱਜ ਸਾਡੇ ਸਾਹਮਣੇ ਵੀ ਇਹੋ ਪੋਜੀਸ਼ਨ ਹੈ, ਬਦਲਵੇਂ ਕੇਸਾਧਾਰੀ ਬ੍ਰਾਹਮਣਾਂ ਨੇ ਵੀ ਸਾਡੇ ਸਾਹਮਣੇ ਉਹ ਦਿਸਣ ਵਾਲੇ ਭਗਵਾਨ, ਦਿਸਣ ਵਾਲੇ ਰੱਬ, ਦਿਸਣ ਵਾਲੇ ਗੁਰੂ ਬਣਾ ਕੇ ਬਿਠਾ ਦਿੱਤੇ ਅਤੇ ਆਖਿਆ ਤੁਸੀਂ ਵਿਚਾਰ ਨਹੀਂ ਕਰ ਸਕਦੇ। ਹੁਣ ਅਸੀਂ ਦੇਖਣਾ ਅਸੀਂ ਕਿਸ ਮੋੜ 'ਤੇ ਪੁੱਜ ਗਏ ਹਾਂ, ਕਿਉਂਕਿ ਸਮਾਂ ਹੋ ਗਿਆ, ਇਸ ਲਈ ਇਸ ਸਬਜੈਕਟ ਨੂੰ ਹੀ ਆਪਾਂ ਅਗਲੇ ਵੀ ਫਿਰ ਲਵਾਂਗੇ ਤਾਂ ਕਿ ਸੰਪੂਰਨ ਕਰ ਸਕੀਏ ਇਹਨਾਂ ਸ਼ਬਦਾਂ ਦਾ, ਖਿਮਾ ਦਾ ਚੇਤਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।